ਇਹ ਦੋ ਨਵੇਂ ਨਵੇਂ ਰੂਹ ਇਕੱਠੇ ਹੋਏ ਨੇ ਮੇਰੀ ਗੱਲ ਸੁਣੀ ਕਿੰਨੀਆਂ ਹੈ ਇਹਨਾਂ ਦੀ ਆਪਣੀ ਇੱਕ ਤਿਸ਼ਨੀ ਉਲਾਣ ਦੇ ਹੋਈ ਕਰ ਮੇਰੀ ਗੱਲ ਸੁਣੀ ਕਿੰਨੀ ਅੱਲਾ ਦੇ ਬੰਦੇ ਜਿਹਨੇ ਸਰਕਾਰ ਦੀ ਸ਼ਾਦੀ ਹੋਈ ਬੇਗਮ ਆ ਗਈ ਮਾਮਲਾਤ ਆ ਗਿਆ ਘਰ ਐ ਸੁਲਝ ਗਿਆ ਬਣ ਗਿਆ ਤਾਮੀਰ ਹੋ ਗਿਆ ਸਭ ਕੁਝ ਬਣ ਗਿਆ ਹੈ ਉਹ ਮਾਈ ਇੱਕ ਦਿਨ ਫਿਰ ਆ ਰਹੀ ਮਾਈ ਇੱਕ ਦਿਨ ਫਿਰ ਆ ਰਹੀ ਆਣ ਕੇ ਕਹਿੰਦੀ ਸਰਕਾਰ ਮੈਂ ਹੋਰ ਕਿਸੇ ਕੰਮਾਂ ਨਹੀਂ ਆਈ ਹਾਂ ਮੈਂ ਇੱਕ ਨਿੱਕੀ ਗੱਲ ਪੁੱਛਣੇ ਵਾਸਤੇ ਆਈ ਹਾਂ ਹਾਂ ਕੀ ਕਹਿਣਗੇ ਜਿਸਦੇ ਤੁਸੀਂ ਛੋਟੇ ਹੁੰਦੇ ਸੀ ਅਸੀਂ ਛੁੱਪਣ ਛੁਪਈ ਖੇਡਦੇ ਸੀ ਛੁੱਪਣ ਛੁਪਈ ਹੈ ਛੁੱਪਣ ਛੁਪਈ ਖੇਡਦੇ ਸੀ ਅਸੀਂ ਸਾਰੇ ਛੁੱਪਦੇ ਸੀ ਤੁਸੀਂ ਸਾਨੂੰ ਲੋੜ ਲੈਂਦੇ ਸੀ सुना पिया है चांद मेरी जमीन फूल मेरा वतन इसी वजह जी गल दिली कर कर गई ये जरा चांद दिखाया साडा ਇਹ ਸਾਡੀ ਜ਼ਮੀਨ ਹੈ ਜ਼ਮੀਨ ਹੈ ਜ਼ਮੀਨ ਹੈ ਅਸੀਂ ਇੱਥੇ ਆ ਜਾ ਸਕਦੇ ਹਾਂ ਇਹ ਕੌਣ ਆਖਣਾ ਇਹ ਨਹੀਂ ਜਾ ਸਕਣਾ ਪਲੀਤ ਆਦਮੀ ਦਾ ਕਿਆ ਕੰਮ ਹੈ ਪਾਕਿਸਤਾਨ ਬਣਿਆ ਪਾਕ ਲੋਕਾਂ ਵਾਸਤੇ ਪਾਕਿਸਤਾਨ ਬਣਿਆ ਪਾਕ ਲੋਕਾਂ ਵਾਸਤੇ ਤੁਰਕੀ ਬਣਿਆ ਤੁਰਕਾਂ ਵਾਸਤੇ ਚੇਨੀ ਬਣਿਆ ਚੇਨੀ ਵਾਸਤੇ ਅਰਬ ਬਣਿਆ ਅਰਬਾਂ ਵਾਸਤੇ ਈਰਾਨ ਬਣਿਆ ਈਰਾਨੀਆਂ ਵਾਸਤੇ ਹੈ ਹਿੰਦੁਸਤਾਨ ਬਣਿਆ ਹਿੰਦੂਆਂ ਵਾਸਤੇ ਹਿੰਦੂਆਂ ਵਾਸਤੇ ਹਿੰਦੂਆਂ ਵਾਸਤੇ ਪਰ ਅਸਾਂ ਉੱਥੇ ਕਬਜ਼ਾ ਕਰਨਾ ਕਬਜ਼ਾ ਕਬਜ਼ਾ ਕਰਨਾ ਇੱਧਰ ਮੇਰੀ ਗੱਲ ਸੁਣ ਕੇ ਨਹੀਂ ਕਬਜ਼ੇ ਦਾ ਟਾਈਮ ਨੇੜੇ ਆ ਰਿਹਾ ਭਾਰਤ ਅੰਦਰ ਤ੍ਰੈ ਮੁਲਕ ਹੋਰ ਆ ਰਹੇ ਤ੍ਰੈ 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 ਇਹ ਤੱਕ ਤੁਸੀਂ ਨਾ ਇਹ ਗੱਲ ਤੁਹਾਨੂੰ ਹੋਰ ਵੀ ਮੈਂ ਦੱਸਾਂ ਇਹ ਤਾਂ ਇਹ ਖਾਲੀ ਪਾਕਿਸਤਾਨ ਪਿੱਛੇ ਇਹ ਇੱਧਰ ਮੇਰੀ ਗੱਲ ਸੁਣੋ ਐਂ ਜੀ ਟੇਪ ਵੀ ਤਾਂ ਕੈਂਚੀ ਵੀ ਕਿਣ ਕੇ ਪਿੱਛੇ ਹੋਏ ਇਹ ਇੱਥੇ ਮਿਜ਼ਾਇਲ ਇੱਥੇ ਐਟਮ ਬੰਬ ਇੱਥੇ ਫਲਾਣਾ ਇੱਥੇ ਫਲਾਣਾ ਓਏ ਖੁਦਾ ਦਾ ਖੋਖਾ ਖੋਖੋ ऐसा गोला चढ़ सी है अमेरिका नू यूरोप नू वक्त पा दे सी अमेरिका नू यूरोप नू वक्त पा दे सी वक्त 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 पा दे सी हर पासे ਯੂਰਪ ਵਿੱਚ ਵਸਤ ਪਿਆ ਲਿਆ ਸੀ ਏਸ਼ੀਆ ਵਿੱਚ ਵੀ ਵਸਤ ਪਿਆ ਲਿਆ ਸੀ ਇਹ ਜਿਹੜਾ ਮਸ਼ਰੇ ਵਸਦਾ ਇੱਥੇ ਵੀ ਵਸਤ ਪਿਆ ਲਿਆ ਸੀ ਔਰ ਉਸ ਤੋਂ ਬਾਅਦ ਇਹ ਜਿਹੜਾ ਸਾਊਥ ਅਫਰੀਕਾ ਇੱਥੇ ਵੀ ਵਸਤ ਪਿਆ ਲਿਆ ਸੀ ਐਸਾ ਗੋਲਾ 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 ਮੈਨੂੰ ਚੜ੍ਹਦਾ ਨਜ਼ਰ ਆ ਰਿਹਾ ਹੈ ਨਾਲ ਜ਼ੁਲਜ਼ਲਾਲ ਇਹ ਜਿਹੜਾ ਈਰਾਨ ਜਿਹੜਾ ਈਰਾਨ ਸੁਣ ਜਿਹੜਾ ਮਿਜ਼ਾਇਲ ਬਣਾਇਆ ਉਹ ਵੀ ਚੜ੍ਹ ਪਿਆ ਲਾ ਜਿਹੜੀ ਗੱਲ ਆਖਣਾ ਇਹ ਬਿਲਕੁਲ ਸਹੀ ਹੈ ਇਹ ਤੁਸੀਂ ਖਾਲੀ ਇੱਕ ਤੁਸਾਨੂੰ ਐ ਪਾਕਿਸਤਾਨ ਅੜਕਣਾ 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 ਇਹ ਅੜਕ ਤੁਹਾਡੀ ਨਿਕਲ ਜਾਸੀ ਨਿਕਲ ਜਾਸੀ ਨਿਕਲ ਜਾਸੀ ਨਿਕਲ ਜਾਸੀ ਆ ਇਹ ਗੱਲ ਤੁਹਾਨੂੰ ਮੈਂ ਹੋਰ ਵੀ ਦੱਸਾਂ ਜਿਹੜੀ ਗੱਲ ਤੁਸੀਂ ਸੋਚਦੇ ਪਏ ਹੋ ਇਹ ਨਹੀਂ 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 ਕੀ ਸੋਚਦੇ ਹੋ ਇਮਰਾਨ ਨਹੀਂ ਆ ਰਿਹਾ ਕਿਸੇ ਦਾ ਪਿਓ ਵੀ ਨਹੀਂ ਰੋਕ ਸਕਣਾ ਕਿਸੇ ਦਾ ਦਾਦਾ ਨਹੀਂ ਰੋਕ ਸਕਣਾ ਸਾਰੀ ਸਟੇਸ਼ਨਰੀ ਲੱਗੀ ਰਵੇ ਇਹ ਇਸ ਲਈ 28 ਜਮਾਤਾਂ 128 ਹੋਣ ਫਿਰ ਵੀ ਨਹੀਂ ਰੋਕ ਸਕਣੇ ਇਹ ਤਾਂ ਇੱਕ ਯੂਰਪ ਹੈ ਇੱਕ ਅਮੈਰੀਕਾ ਹੈ ਇੱਕ ਇੱਧਰ ਮੇਰੀ ਗੱਲ ਸੁਣੀ ਜੀ ਨਹੀਂ ਹੋ 101 ਅਮੈਰੀਕਾ ਆ ਜਾਵੇ 101 ਬਰਤਾਨੀਆ ਆ ਜਾਵੇ 101 ਮੀਰ ਜਾਫਰ ਤੇ ਮੀਰ ਸਾਦਕ ਆ ਜਾਵਣ ਅਮਰਾਨ ਮੀਰ ਉਗਦਾ ਨਾ 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 ਨਹੀਂ ਰੁਕਦਾ ਮੈਂ ਜਿਹੜੀ ਗੱਲ ਆਖਦਾ ਪਿਆ ਭਾਰਤ ਚਾਂਦ ਕੇ ਐਸੇ ਹਿੱਸੇ ਪਰ ਪਹੁੰਚਾ ਜਹਾਂ ਦੁਨੀਆ ਕਾ ਕੋਈ ਮੁਲਕ ਮੈਂ ਆ ਜਾ ਸਕਾ ਆ ਆ ਜ਼ਾਕਰ ਮੈਂ ਕਾ ਚਾਂਦ ਕੇ ਬਾਰੇ ਮੈਂ ਭਾਰਤ ਕੋ ਐਮ ਪੈਗਾਮ ਓਏ ਵੀ ਦੀ ਅਕਲ ਵੀ ਮਾਰਿਆ ਗਈ ਜ਼ਾਕਰ ਨਾਇਕ ਦੀ ਵੀ ਅਕਲ ਹੈ ਹੀ ਨਹੀਂ ਅਕਲ ਕਿਸੀ ਚੂਸ ਲਈ ਹੈ ਚੂਸ ਐ ਜੀ ਸਿਆਹੀ ਰਬੜ ਚੂਸ ਲੈਂਦੀ ਹੈ ਨਾ ਐ ਦੀ ਵੀ ਅਕਲ ਕਿਸੀ ਚੂਸ ਲਈ ਹੈ ਚੂਸ ਚੂਸ ਲਈ ਹੈ ਮਾਸ਼ਾ ਅੱਲਾ ਆ ਇਹ ਗੱਲ ਹੋਰ ਮਾਸ਼ਾ ਅੱਲਾ ਐ ਨਾਲੇ ਵੀ ਦੇਸਾਂ ਰੂਸ ਨੇ ਐਸਾ ਜਹਾਜ਼ ਬਣਾਇਆ ਜੋ ਪੂਰੀ ਦੁਨੀਆ ਕੋ ਤਬਾਹ ਕਰ ਦੇਗਾ रूस ने एक ऐसा जहाज बनाकर पूरी दुनिया को तबाह कर देगा और जहाज का नाम है बड़े आजमी मिजाइल बड़े आजमी जहाज पहले तो बड़े आजमी मिजाइल बने सुनना हूँ रूस सुन जहाज बनाया जहाज जहाज कास्ट करना पे कैमरा लगे रहा ये भी सारे कैमरे ही बैठे थे इधर मेरी गल सुनी कि नहीं हो सारे कैमरे बड़े बड़े कैमरे ए राशिद अब्बासी साहब
ਇਹ ਸਾਰੇ ਕੋਲ ਵੱਡਾ ਕੈਮਰਾ ਆ ਉਹ ਪਰਲੇ ਪਾਸੇ ਯਾਕੂਬ ਤਾਰੀ ਬੈਠੇ ਰਹਾ ਤੁਸੀਂ ਵੱਡੇ ਆ ਰਹੇ ਮੇਰੇ ਕੋਲ ਸੁਣੀ ਕਿ ਨਹੀਂ ਇੱਥੋਂ ਕਿ ਇਨਕੇ ਦੇ ਅਮਰੀਕਾ ਤੱਕ ਗੁਰ ਕੈਮਰਾ ਤੱਕੋ ਜਲਾਲੀ ਸਾਹਿਬ ਦੀ ਸ਼ਰੀਫ ਫਰਮਾਨ ਗੱਲ ਆਈ ਸਮਝ ਨਹੀਂ ਆਈ ਇਹ ਤਿਆਰਾ ਤਿਆਰ ਹੋ ਚੁੱਕਿਆ ਮਾਸ਼ਾ ਅੱਲਾ ਉਹ ਜਿਹੜੀਆਂ ਫੋਟੋ ਸਟੇਟ ਆਉਂਦੀਆਂ ਨੀ ਉਹ ਕਿੱਥੇ ਨਹੀਂ ਹੋਈ ਆਇਦਰ ਲਿਆ ਉਹ ਪੱਪੂ ਬੈਠੇ ਦਰਵਾਜ਼ੇ ਚੋ ਇਹਦੀ ਚੁੱਲੀ ਪਵਾ ਗਿਆ ਇਧਰ ਉਰਿਆ 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 ਇਧਰ ਹੋਰ ਨਾ ਤੱਕੇ ਹੋਰ ਨਾ ਮੈਂ ਤੁਹਾਨੂੰ ਤੱਕਾਉਂਦਾ ਫਿਰ ਇਧਰ ਮੇਰੀ ਗੱਲ ਸੁਣੀ ਕਿਵੇਂ ਕਦੀ ਪਹਿਲੇ ਨਹੀਂ ਤੁਹਾਨੂੰ ਤੱਕਿਆ ਹਾਂ ਗਲਤ ਸਾਬਤ ਕਰਨ ਲਈ ਜੋ ਨਾਮ ਆਖੇ ਮੈਂ ਦੇਣਾ ਫੁੱਲ ਤਿਆਰੀ ਨਾ ਫੁੱਲ ਤਿਆਰੀ ਫੁੱਲ 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 ਬੇਟਾ ਫੁੱਲ ਇਹ ਦੇਖੋ ਇਹ 2023 ਦੀਆਂ ਪੇਸ਼ਨਗੋਈਆਂ ਸਾਰੀਆਂ ਇਹ ਜਰਾ ਹੋਰ ਨਾ ਤੱਕੋ ਇਹ ਫਿਰ ਉਸ ਤੋਂ ਬਾਅਦ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ 2016 ਇਹ ਨਾਲ ਤੁਹਾਨੂੰ ਇਸ ਲਿਫਾਫੇ 'ਚ ਹੀ ਹੈ ਔਰ ਇਹ ਜਿਹੜਾ ਸੌਦਾ ਹੈ ਨਾ ਇਹ ਜਿਹੜਾ ਮੈਂ ਹੁਣ ਸਾਹਮਣੇ ਕੀਤਾ ਇਹ ਹੈ ਮੇਰੇ ਮੁਰਸ਼ਿਦ ਕੀ ਉਮਰ 1700 ਸਾਲ ਹੈ ਨਬੀ ਪਾਕ ਸੱਲ ਵਸਲਮ ਕੀ ਇਮਾਮਤ ਮੈਂ ਨਮਾਜ਼ ਅਦਾ ਕੀ ਜਿਹੜੇ ਮੇਰੇ ਰੂਹਾਨੀ ਜਿਹੜੇ ਮੇਰੇ ਨਾਲ ਆਉਂਦੇ ਨੇ ਇਹ ਜਿਹੜਾ ਮੈਂ ਬੋਲਣੇ ਦਾ ਬਲਫ ਸਿਖਾਇਆ ਤੁਰਨੇ ਫਿਰਨੇ ਦਾ ਬਲਫ ਸਿਖਾਇਆ ਇਹ ਤੇਰੇ ਨਾਲ ਤਲੇ ਹੋਰ ਵੀ ਤੱਕਿਓ ਮੇਰੇ ਸਾਥ ਠਾਠ ਜਿਨਾਤ ਔਰ ਗਮ ਰਕਾਬਰਤ ਹਰ ਵਕਤ ਇਹ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਇਹ ਵੀ ਨਾਲ ਇੱਧਰ ਨਾਲ ਤੁਹਾਨੂੰ ਦਿੰਦਾ ਪਿਆ ਨਾਲ 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 ਦੇ ਸਾਂ ਨਾਲ ਕਿਨ ਕੇ ਜੁਲੇ ਹੋ ਹੁਣ ਮੈਂ ਤੁਹਾਨੂੰ ਦੱਸਾਂ ਇੱਕ ਅਸੀਂ ਸਾਈ ਛੱਲਾ ਇਹ ਅਸੀਂ ਸਾਈ ਛੱਲਾ ਸਰਕਾਰ ਇੱਕ ਬੰਦਾ ਵਿੱਚੋਂ ਨਿਕਲ ਆਇਆ ਯਹੂਦੀ ਆਣ ਕੇ ਇੱਕ ਮੌਲਵੀ ਦੀ ਮਹਿਫਲੀ ਪੈ ਗਿਆ ਅਲਮਾ ਇਕਰਾਮ ਦੀ ਮਹਿਫਲੀ ਪੈ ਗਿਆ ਕਹਿਣ ਕਿ ਤੁਹਾਡਾ ਨਬੀ ਗਿਆ ਸੀ ਮਹਿਰਾਜ ਤੇ ਉਸ ਆਖਿਆ ਜੀ ਗਏ ਸਨ ਹਾਕੀ ਗਏ ਸਨ ਕਹਿਣਗੇ ਤੇ ਯਾਰ ਤਾਂ ਨਬੀ ਨੂੰ ਪਤਾ ਸੀ ਯਾਰ ਨਬੀ ਦੇ ਖੁਦਾ ਨੂੰ ਪਤਾ ਸੀ ਆ ਤੁਹਾਨੂੰ ਨਹੀਂ ਪਤਾ ਨਹੀਂ ਕਹਿਣਗੇ ਮੈਨੂੰ ਦੱਸੇ ਤੇ ਮੈਂ ਮੁਸਲਮਾਨ ਹੁੰਦਾ ਮੈਨੂੰ ਦੱਸੇ ਤੇ ਮੈਂ ਮੁਸਲਮਾਨ ਹੁੰਦਾ ਹੈ ਉਸ ਆਖਿਆ ਜੀ ਫਿਰ ਤੁਸੀਂ ਮੈਨੂੰ ਇੱਕ ਹਫ਼ਤੇ ਦਾ ਟਾਈਮ ਦੇ ਦਿਓ ਉਸ ਹਫ਼ਤੇ ਦਾ ਟਾਈਮ ਦੇ ਦਿੱਤਾ ਉਹ ਜਿਹੜਾ ਅਲਮਾ ਇਕਰਾਮ ਸੀ ਹਾਜ਼ਰ ਸਾਹਿਬ ਹਸਨ ਕਾਰੀ ਸਾਹਿਬ ਮੁਫਤੀ ਸਾਹਿਬ ਹੈ ਉਹਨਾਂ ਅੱਗੇ ਪਿੱਛੇ ਇਜਲਾਸ ਬੁਲਵਾਇਆ ਬੁਲਵਾ ਕੇ ਜਿਹਨੇ ਆਪਣੇ ਉਸ ਡਿਸਟ੍ਰਿਕਟ ਦੇ ਜਿਹੜੇ ਖਤੀਬ ਸਨ ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਕਰਕੇ ਇੱਕ ਮੀਟਿੰਗ ਰੱਖੀ ਮੀਟਿੰਗ ਵਿੱਚ ਉਸ ਬੰਦੇ ਨੂੰ ਬੁਲਵਾਇਆ ਉਸ ਬੰਦੇ ਨੂੰ ਬੁਲਵਾਇਆ ਕਹਿਣ ਲੱਗੀ ਬੰਦਾ ਇਹ ਗੱਲ ਪੁੱਛਦਾ ਹੈ ਕਿ ਕਿਸਾਨ ਨਬੀ ਮਹਿਰਾਜ ਕੇ ਕਿਸ ਤਰ੍ਹਾਂ ਗਿਆ ਕਿਸ ਤਰ੍ਹਾਂ ਗਿਆ ਇਹ ਗੱਲ ਇਸ ਨੂੰ ਦੱਸੋ ਤੇ ਮੁਸਲਮਾਨ ਹੁੰਦਾ ਉਹਨਾਂ ਹੋਰ ਅੱਗੇ ਜਿਹੜੇ ਬੜੇ ਪੂੰਜੀ ਲੋਕ ਸਨ ਉਹਨਾਂ ਨੂੰ ਦਾਵਤ ਦਿੱਤੀ ਹਫ਼ਤੇ ਦਾ ਹੋਰ ਟਾਈਮ ਲੈ ਗਿਆ ਹੈ ਇਧਰੋਂ ਸਾਈ ਛੱਲਾ ਸਰਕਾਰ ਨਿਕਲ ਆਈ ਡੰਡੇ ਸਮੇਤ ਉਹ ਸਾਰੇ ਸਾਈ ਛੱਲਾ ਸਰਕਾਰ ਨੂੰ ਰੋਕਣ ਐਸੀ ਅੱਗੇ ਨਾ ਆਉਣ ਦਿਓ ਇਸੇ ਅੱਗੇ ਨਾ ਆਉਣ ਦਿਓ ਉਹ ਨਹੀਂ ਨਹੀਂ ਉਸ ਆਖਿਆ ਇਹ ਮੇਰੀ ਗੱਲ ਸੁਣੀ ਕਿ ਨਹੀਂ ਕਈ ਲੋਕ ਹੁੰਦੇ ਕਦਮ ਪੱਟਣ ਰੱਬ ਦੀ ਰਜ਼ਾ ਨਾਲ ਤੁਰਨੇ ਰੱਬ ਦੀ ਰਜ਼ਾ ਨਾਲ ਚੱਲਣੇ ਬਹਿੰਦੇ ਤਾਂ ਰੱਬ ਦੀ ਰਜ਼ਾ ਨਾਲ ਬਹਿੰਦੇ ਗੱਲ ਕਰਦੇ ਤਾਂ ਰੱਬ ਦੀ ਰਜ਼ਾ ਨਾਲ ਕਰਨੇ ਔਰ ਰੱਬ ਦੀ ਰਜ਼ਾ ਬਗੈਰ ਨਾ ਟੁੱਟਦੇ ਨਾ ਟੱਕਰੇ ਨਾ ਕੋਈ ਗੱਲ ਕਰਦੇ ਹਾਂ ਰੱਬ ਦਾ ਹੁਕਮ ਸਾ ਬੜੇ ਛਲਿਆ ਵੀ ਇੱਧਰ ਮੇਰੀ ਗੱਲ ਸੁਣ ਸਾਈ ਛੱਲਾ ਸਰਕਾਰ ਰਾਣਾ ਵੜਾ ਆਈ ਵਿੱਚ ਉਹ ਮੁਫਤੀ ਸਾਰੇ ਮਨਾ ਕਰਦੇ ਰਹੇ ਕੀ ਗੱਲ ਹੋਏ ਕੀ ਇੱਥੇ ਲੈ ਰਹੀ ਆ ਹੈ ਕੀ ਇਹ ਟਾਪਾ ਦੱਸੋ ਕਹਿਣਗੇ ਜੀ ਇਹ ਬੰਦਾ ਹੈਗਾ ਇਹ ਨਾਰਾ ਤਕਬੀਰ ਨਾਰਾ ਰਸਾਲਤ ਨਾਰਾ ਹਾਜ਼ਰੀ ਸ਼ਮਸ਼ਾਦ ਮਾਂਗੜ ਸਾਹਿਬ